ਕਿਸਾਨ ਵੀਰੋ ਆਖਰੀ ਪਾਣੀ ਕਣਕ ਨੂੰ ਕਿਵੇਂ ਲਗਾਈਏ ਤੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਪਾਣੀ ਦੀ ਸ਼ੁਰੂਆਤ ਕਰੀਏ ਤੇ ਪਾਣੀ ਨੂੰ ਆਖਰੀ ਨੂੰ ਸਿਰੇ ਚੜਾਈਏ ਮੇਰਾ YouTube ਚੈਨਲ ਲੇਟੈਸਟ ਐਗਰੀਕਲਚਰਲ ਇਨਫੋ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਕਿਸਾਨ ਭਰਾ ਨਵੇਂ ਇਸ ਵੀਡੀਓ ਨੂੰ ਦੇਖਣ ਵਾਲੇ ਨੇ ਉਹ ਕਿਰਪਾ ਕਰਕੇ ਲਾਲ ਰੰਗ ਦਾ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਬੈਲ ਆਈਕਨ ਨੂੰ 올 ਨੋਟੀਫਿਕੇਸ਼ਨ ਤੇ ਕਲਿੱਕ ਕਰ ਲੈਣ ਤਾਂ ਜੋ ਸਾਡੇ ਦੁਬਾਰਾ ਜਿਹੜੀ ਵੀ ਨਵੀਂ ਅਪਡੇਸ਼ਨ ਕੀਤੀ ਜਾਂਦੀ ਆ ਕੋਈ ਵੀਡੀਓ ਅਪਲੋਡ ਕੀਤੀ ਜਾਂਦੀ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਮੇਰੇ ਬਾਕੀ ਕਿਸਾਨ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕਿਸਾਨ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਕਿਸਾਨ ਭਰਾਵੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਾਦੇ ਟੈਂਪਰੇਚਰ ਕਰਕੇ ਕਣਕ ਨੂੰ ਆਖਰੀ ਪਾਣੀ ਦੀ ਸ਼ੁਰੂਆਤ ਹੋ ਚੁੱਕੀ ਹੈ ਕੁਝ ਕਿਸਾਨ ਭਰਾਵਾਂ ਨੇ ਜਿਨ੍ਹਾਂ ਦੀਆਂ ਕਣਕਾਂ ਫਸਲਾਂ ਜਿਹੜੀਆਂ ਅਗੇਤੀਆਂ ਸਾਨੂੰ ਉਹ ਲਗਾ ਵੀ ਚੁੱਕੇ ਹਨ ਤੇ ਕੁਝ ਜਿਹੜੇ ਡਬਲ ਮਾਈਂਡਡ ਸਨ ਕਿ ਨਾ ਲਗਾਈਏ ਵੱਧੇ ਟੈਂਪਰੇਚਰ ਕਰਕੇ ਉਹਨਾਂ ਨੂੰ ਵੀ ਲਗਾਉਣਾ ਪੈ ਰਿਹਾ ਹੈ ਆਪਾਂ ਵੀ ਆਪਣੇ ਖੇਤ ਵਿੱਚ ਲਗਾਤਾਰ 2 ਦਿਨ ਤੋਂ ਪਾਣੀ ਲਗਾ ਰਹੇ ਆ ਕਿਸਾਨ ਭਰਾਵੋ ਤੁਸੀਂ ਜਦੋਂ ਆਪਣਾ ਇਹ ਆਖਰੀ ਪਾਣੀ ਲਗਾਉਣਾ ਹੁੰਦਾ ਆ ਤਾਂ ਤੁਹਾਨੂੰ ਬਹੁਤ ਸੋਚ ਸਮਝ ਨਾਲ ਇਸ ਦੀ ਸ਼ੁਰੂਆਤ ਕਰਨੀ ਪੈਂਦੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਹਵਾਵਾਂ ਚੱਲਦੀਆਂ ਹਨ ਜੇਕਰ ਪਾਣੀ ਲਗਾਉਣ ਤੋਂ ਬਾਅਦ ਤੇਜ਼ ਹਵਾ ਚੱਲ ਜਾਂਦੀ ਆ ਤਾਂ ਤਾਂ ਜੋ ਜੜ ਹੁੰਦੀ ਆ ਉਹ ਜੜਾਂ 'ਚ ਖਿਲਜੁਲ ਹੁੰਦੀ ਆ ਸੋ ਤਾਂ ਕਰਕੇ ਉਹ ਪ੍ਰੋਪਰ ਦਾਣਾ ਨਹੀਂ ਬਣ ਪਾਉਂਦਾ ਪਹਿਲੀ ਗੱਲ ਤੁਸੀਂ ਇਹ ਆਪਣੇ ਧਿਆਨ 'ਚ ਰੱਖ ਕੇ ਚੱਲਣਾ ਹਵਾ ਨੂੰ ਮੰਦੇ ਨਜ਼ਰ ਰੱਖਦੇ ਜੇਕਰ ਹਵਾ ਦਾ ਬਹੁਤ ਤੇਜ਼ ਹੈ ਜਿਸ ਵੀ ਇਲਾਕੇ ਦੇ ਵਿੱਚ ਕਿਉਂਕਿ ਸੋਸ਼ਲ ਮੀਡੀਆ ਹਰੇਕ ਦੇ ਹੱਥ ਵਿੱਚ ਆ ਆਪਾਂ ਟਾਈਮ ਟੂ ਟਾਈਮ ਵਾਚ ਕਰਦੇ ਦੇਖਦੇ ਆ ਮੌਸਮ ਨੂੰ ਤੇ ਦੂਜੇ ਨੰਬਰ ਦੀ ਗੱਲ ਤੁਸੀਂ ਪਾਣੀ ਲਗਾਉਣਾ ਆ ਤਾਂ ਤੁਸੀਂ ਜ਼ਿਆਦਾਤਰ ਤਰ ਤਰਜੀਬ ਦੇਣੀ ਆ ਰਾਤ ਨੂੰ ਰਾਤ ਨੂੰ ਪਾਣੀ ਲਗਾਉਣ ਦੀ ਜ਼ਿਆਦਾ ਕੋਸ਼ਿਸ਼ ਕਰਨੀ ਆ ਕਿਉਂਕਿ ਕਿਸਾਨ ਭਰਾਵੋ ਰਾਤ ਨੂੰ ਹਵਾ ਦੀ ਗਤੀ 10 ਕਿਲੋਮੀਟਰਪਤੀ ਘੰਟੇ ਤੋਂ ਨੀਚੇ ਹੁੰਦੀ ਆ ਜੇ ਆਮ ਗਲਤ ਕਹਿ ਲਈ ਕਿ ਨਾਰਮਲ ਹਵਾ ਬਿਲਕੁਲ ਬੰਦੇ ਹੁੰਦੀ ਆ ਬਹੁਤ ਘੱਟ ਹਵਾ ਦਾ ਵਾਹ ਹੁੰਦਾ ਸੋ ਉਸ ਟਾਈਮ ਬਹੁਤ ਹੀ ਬੈਨੀਫਿਟ ਹੁੰਦਾ ਕਣਕ ਨੂੰ ਪਾਣੀ ਲਗਾਉਣਾ ਉਸ ਟਾਈਮ ਤੁਸੀਂ ਰਾਤ ਨੂੰ ਜ਼ਿਆਦਾ ਟਰਾਈ ਕਰਨੀ ਪਾਣੀ ਲਗਾਉਣ ਦੀ ਜਿਹੜੀਆਂ ਕਣਕਾਂ ਭਾਰੀਆਂ ਹਨ ਜਾਂ ਜਾਲ ਸੰਗਣਾ ਜ਼ਿਆਦਾ ਵੀ ਪਾਇਆ ਹੋਇਆ ਹੈ ਉਹਨਾਂ ਨੂੰ ਤੇ ਫਿਰ ਆਪਾਂ ਗੱਲ ਕਰਦੇ ਆਂ ਪਾਣੀ ਦੇ ਨਾਲ ਜੇ ਤੁਸੀਂ ਕਿਵੇਂ ਪਾਣੀ ਲਗਾਉਣਾ ਕਿਸਾਨ ਭਰਾਵੋ ਪਾਣੀ ਤੁਸੀਂ ਲਗਾਉਣਾ ਆ ਜਿਵੇਂ ਆਪਾਂ ਇੱਕ ਖੇਤ ਭਰ ਲਿਆ ਉਸ ਨੂੰ ਉਵੇਂ ਨਹੀਂ ਛੱਡ ਦੇਣਾ ਤੁਹਾਨੂੰ ਜਿਵੇਂ ਆਪਾਂ ਪਹਿਲਾਂ ਤੋਂ ਪਾਣੀ ਲਗਾਉਂਦੇ ਆ ਆਪਾਂ ਨੂੰ ਪਤਾ ਹੁੰਦਾ ਆ ਵੀ ਇਹ ਖੇਤ ਕਿੰਨੇ ਟਾਈਮ ਚ ਇਹਨੇ ਭਰ ਜਾਣਾ ਜਾਂ ਜਿਹੜੀ ਤਲੀ ਰਹਿੰਦੀ ਆ ਇਹ ਕਿੰਨੇ ਕਿੰਨਾ ਆਪਾਂ ਭਰਿਆ ਤਾਂ ਕਿੰਨੇ ਟਾਈਮ ਚ ਕਵਰ ਕਰ ਲੂਗੀ ਸੋ ਜਦੋਂ ਖੇਤ ਭਰਨ ਵਾਲਾ ਰਹਿੰਦਾ ਆ ਉਸ ਤੋਂ ਪਹਿਲਾਂ ਹੀ ਤੁਸੀਂ ਪਾਣੀ ਬੰਦ ਕਰਨਾ ਤੇ ਉਹ ਜਦੋਂ ਪ੍ਰੋਪਰ ਪਾਣੀ ਫਿਰ ਗਿਆ ਉਸ ਨੂੰ ਤੁਸੀਂ ਜਿਆਦਾਤਰ ਟਰਾਈ ਕਰਨੇ ਕਿ ਅਗਲੇ ਖੇਤ ਚ ਵੱਢ ਦਿੱਤਾ ਜਾਵੇ ਅਗਲੇ ਖੇਤ ਚ ਵੱਢਤਾ ਜਾਵੇ ਜ ਕੋ ਨਾਲ-ਨਾਲ ਪਾਣੀ ਖਾੜਾ ਨਹੀਂ ਹੋਣ ਦੇਣਾ ਆਪਾਂ ਆਪਣੇ ਖੇਤ ਚ ਜੋ ਕਿ ਦੇ ਅਗਲੇ ਦਿਨ ਤੱਕ ਪਾਣੀ ਸੁੱਕ ਜਾਵੇ ਤੇ ਆਪਣਾ ਪਾਣੀ ਵੀ ਜਲਦੀ ਸਿੰਚਾਈ ਹੋ ਜਾਵੇ ਤੇ ਇੱਕ ਆਖਰੀ ਗੱਲ ਆ ਪਾਣੀ ਦੀ ਕੋ ਕਣਕ ਨੂੰ ਕਿਸਾਨ ਭਰਾਵੋ ਜੇਕਰ ਤੁਸੀਂ ਹਲਕਾ ਪਾਣੀ ਲਗਾਉਨੇ ਆ ਤਾਂ ਇਹ ਝਾੜ ਲਈ ਬਹੁਤ ਫਾਇਦੇਮੰਦ ਹੁੰਦਾ ਝਾੜ ਵੀ ਵਧੂਗਾ ਹਲਕੇ ਪਾਣੀ ਨਾਲ 2.5 ਤੋਂ 3 ਇੰਚ ਤੱਕ ਹੀ ਥੱਲੇ ਜੜ ਤੱਕ ਪਾਣੀ ਚਾਹੀਦਾ ਹੁੰਦਾ 19 ਕ ਨਮੀ ਆ ਜਵੇ ਤਾਂ ਉਸ ਨਾਲ ਹੀ ਝਾੜ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਵੱਧਾ ਝਾੜ ਜੇਕਰ ਤੁਸੀਂ ਪਾਣੀ ਭਰ ਕੇ ਲਾਉਨੇ ਆ ਜੇ ਕਹਦੀ ਜਿਆਦਾ ਉੱਪਰ ਤੱਕ ਭਰ ਕੇ ਲਾਉਨੇ ਆ ਉਹ ਪਾਣੀ ਖੜਾ ਰਹਿੰਦਾ ਆ ਉਸ ਨਾਲ ਕਿਸਾਨ ਭਰਾਵੋ ਇੱਕ ਜੜਾਂ ਵੀ ਹਿਲਦੀਆਂ ਤੇ ਨਾਂ ਨਾਲ ਕਹਿੰਦੇ ਫੰਗਸ ਉੱਲੀ ਰੋਗ ਵੀ ਆਉਂਦੇ ਆ ਉਸ ਨਾਲ ਜੇਕਰ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਕੁਝ ਇਲਾਕੇ ਇਹੋ ਜਿਹੇ ਸਨ ਜਿਨ੍ਹਾਂ 'ਚ ਬਾਰਿਸ਼ ਹੋ ਗਈ ਸੀ ਉਹਨਾਂ ਇਲਾਕਿਆਂ ਵਿੱਚ ਕਿਸਾਨ ਵੀਰੋ ਕਣਕ ਦੇ ਪੱਤੇ ਚਿੱਟੇ-ਚਿੱਟੇ ਹੋ ਗਏ ਸਨ ਤੇ ਛਿੱਟਿਆਂ ਦਾ ਵੀ ਵਿਕਾਸ ਨਹੀਂ ਹੋਇਆ ਸੀ ਦਾਣੇ ਹਲਕੇ ਰਹਿ ਗਏ ਸਨ ਪਿੱਚਕ ਗਏ ਸਨ ਸੋ ਪਾਣੀ ਹਲਕਾ ਲਾਉਣਾ ਤੇ ਤੁਸੀਂ ਜਤ ਤੋਂ ਜ਼ਿਆਦਾ ਟਰਾਈ ਕਰਨੇ ਇੱਕ ਖੇਤ ਭਰ ਲਿਆ ਤਾਂ ਉਸ ਦਾ ਪਾਣੀ ਦੂਸਰੇ ਚ ਕੱਢ ਦਿੱਤਾ ਜਾਵੇ ਪਾਣੀ ਖੜ ਨਹੀਂ ਦੇਣਾ ਆਪਾਂ ਨਾ ਹੀ ਭਰ ਕੇ ਲਾਉਣਾ ਸੋ ਇਹ ਬਹੁਤ ਹੀ ਜ਼ਰੂਰੀ ਗੱਲਾਂ ਸਨ ਸੋ ਕਿਸਾਨ ਵੀਰੋ ਵੀਡੀਓ ਜ਼ਰੂਰ ਐਂਡ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਕਿਸਾਨ ਭਰਾ ਮੇਰੇ ਨਮੀ ਖੇਤੀ ਨਾਲ ਜੁੜੇ ਹਨ ਜਾਂ ਕਹਿਦੀਏ ਕਿ ਡਬਲ ਮਾਈਂਡਡ ਹੁੰਦੇ ਨੇ ਉਹਨਾਂ ਤੱਕ ਆਪ ਵੀਡੀਓ ਪਹੁੰਚਾ ਸਕੀ ਸੋ ਮੇਰਾ YouTube ਚੈਨਲ ਲੇਟਸ ਐਗਰੀਕਲਚਰਲ ਇਨਫੋ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਆਪਣੇ WhatsApp ਗਰੁੱਪਾਂ 'ਚ ਤੇ Facebook ਤੇ ਵੀ ਜ਼ਰੂਰ ਸ਼ੇਅਰ ਕਰੋ ਧੰਨਵਾਦ